ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਆਊਟ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਲਈ 24 ਲੱਖ ਤੋਂ ਵੱਧ ਨੌਕਰੀ ਦਾ ਐਲਾਨ ਜਿਹੜਾ ਜੀ ਕੀਤਾ ਗਿਆ ਹੈ ਕਿ ਇਹ ਨੌਕਰੀਆਂ ਕਦੋਂ-ਕਦੋਂ ਆਉਣਗੀਆਂ ਕਿੱਦਾਂ-ਕਿੱਦਾਂ ਦੀ ਭਰਤੀ ਹੋਏਗੀ ਮੈਂ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਮੈਂ ਦਵਾਂਗਾ ਇਸ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਨੌਕਰੀਆਂ ਨੂੰ ਲੈ ਕੇ ਕਾਫੀ ਸਾਰੇ ਟੈਨਸ਼ਨ ਸੀਗੇ ਉਹਨਾਂ ਦੇ ਲਈ ਇੱਕ ਵੱਡਾ ਅਪਡੇਟ ਜਿਹੜਾ ਜੀ ਆ ਚੁੱਕਿਆ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਨੰਨੇ ਜਿਹੜੇ ਨਵੇਂ ਬੁਖ ਮੰਤਰੀ ਸਾਡੇ ਜਿਹੜੇ ਜਿਨ੍ਹਾਂ ਨੇ ਹੱਲੇ ਸ਼ਪਤ ਲੈਣੀ ਹੈ ਜੀ ਭਗਵੰਤ ਮਾਨ ਜੀ ਦੁਆਰਾ ਹੀ ਇਹ ਅਨਾਉਂਸਮੈਂਟ ਕੀਤੀ ਗਈ ਹੈ ਸੋ ਇਸ ਦੇ ਵਿੱਚ ਕੀ ਕੀ ਦੱਸਿਆ ਗਿਆ ਹੈ ਤੇ ਕੀ ਕੀ ਹੋਰ ਜੜੀਆਂ ਵੱਡੀਆਂ ਜੜੀਆਂ ਐਲਾਨ ਨੇ ਉਹ ਇਹਨਾਂ ਨੇ ਕੀਤੇ ਨੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦਵਾਗਾ ਵਿਦ ਪ੍ਰੂਫ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਕੀ ਹੈ ਪੂਰੀ ਖਬਰ ਜਾਣਨ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਜੀ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟ ਤੁਹਾਰ ਤੱਕ ਪਹੁੰਚਾਉਂਦਾ ਹੀ ਰਾਵਾਂਗਾ ਸੋ ਤੁਸੀਂ ਸਾਡੇ ਚੈਨਲ ਵਾਦਨ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਹਦੇ ਲਈ ਤੁਸੀਂ Google ਜਾ ਕੇ ਟਾਈਪ ਕਰੋਗੇ ਜੀ meetacademy.xyz ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ DDG ਮਿਲ ਜਾਵੇਗੀ ਜਿੰਨੀਆਂ ਵੀ ਰਿਕਰੂਟਮੈਂਟ ਆਊਟ ਹੁੰਦੀਆਂ ਨੇ ਸਰਕਾਰੀ ਗੈਰ ਸਰਕਾਰੀ ਸੈਮੀ ਸਰਕਮੈਂਟ ਵੱਲੋਂ ਉਹ ਹਰ ਤਰ੍ਹਾਂ ਦੇ ਅਪਡੇਟ ਜਿਹੜੇ ਅਸੀਂ ਆਪਣੀ ਵੈਬਸਾਈਟ ਤੇ ਅਪਡੇਟ ਕਰਦੇ ਹੀ ਰਹਿੰਦੇ ਹਾਂ ਵਿਦ ਪਲੱਸ ਤੁਹਾਨੂੰ ਅਪਲਾਈ ਕਰਨ ਦੇ ਲਈ ਅਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਪਲੱਸ ਨਾਲ ਦੇ ਨਾਲ ਤੁਹਾਨੂੰ ਅਪਲਾਈ ਕਰਨ ਦੇ ਲਿੰਕ ਵੀ ਪ੍ਰੋਵਾਈਡ ਕਰਵਾਨੇ ਜੋ ਕਿ ਜਿਸ ਵੀ ਵੈਬਸਾਈਟ ਤੋਂ ਹੁੰਦੇ ਨੇ ਉਹ ਵੈਬਸਾਈਟ ਦਾ ਲਿੰਕ ਤੁਹਾਨੂੰ ਦਿੱਤਾ ਹੁੰਦਾ ਸੋ ਤੁਸੀਂ ਸਾਰੀ ਵੀਡੀਓ ਦੇ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਰ ਨਾਲ ਸ਼ੇਅਰ ਕਰ ਦਾਂ ਜੀ ਮੈਂ ਅਸੀਂ ਆ ਚੁੱਕੇ ਹਾਂ ਜੀ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਉੱਤੇ ਤੇ ਹਰ ਵਾਰ ਦੀ ਤਰ੍ਹਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ এমਪਲੋਇਮੈਂਟ ਦੇ ਲਈ ਅਸੀਂ ਬਹੁਤ ਕੁਝ ਕਰਾਂਗੇ ਸੋ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਨੇ ਮਤਲਬ ਮੈਨੀਫੈਸਟੋ ਦੇ ਉੱਪਰ ਲਿਖਿਆ ਹੋਇਆ ਹੈ ਉਹਨਾਂ ਨੇ ਜਿਹੜਾ ਕਿ ਤੁਸੀਂ ਸਟੇਟ ਅਵੇ ਦੇਖ ਸਕਦੇ ਹੋ 25 ਲੱਖ ਜੌਬ ਜਿਹੜੀਆਂ ਨੇ এমਪਲੋਇਮੈਂਟ ਓਪਰਚ्युनिटीज ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾਣਗੀਆਂ ਨੈਕਸਟ 5 ਇਅਰ ਦੇ ਵਿੱਚ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਜੌਬ ਕ੍ਰੀਏਟਰ ਇਨਸਟੈਡ ਆਫ ਜੌਬ ਸੀਕਰ ਮਤਲਬ ਉਹਨਾਂ ਨੂੰ ਜੌਬ ਕ੍ਰੀਏਟਰ ਬਣਾਣਾ ਇਨ ਦਾ ਸੈਂਸ ਕਿ ਉਹਨਾਂ ਨੂੰ ਜਿਹੜੇ ਆਪਣੇ ਸੈਲਫ ਦਿੱਤੀਆਂ ਜਾਣਗੀਆਂ ਆਪ ਗਵਰਨਮੈਂਟ ਵੱਲੋਂ ਸੋ ਉਹਦੇ ਵਿੱਚ ਉਹਨਾਂ ਨੇ ਪ੍ਰੋਪਰ ਇਹਦੇ ਵਿੱਚ ਉਹਨਾਂ ਦੀ ਡਿਟੇਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਇਹ ਜੌਬ ਓਪਰਚ्युनिटीਜ਼ ਆਣ ਗਿਆ ਔਰ ਪਲੱਸ ਇਸੇ ਦੇ ਨਾਲ ਜਿਹੜੇ ਉਹ ਇੰਟਰਪ੍ਰੈਨਿਓਰਸ਼ਿਪ ਹੈ ਉਸ ਨੂੰ ਜਿਹੜਾ ਹੈ ਜੀ ਉਹ ਪ੍ਰਮੋਟ ਕਰਨਗੇ ਇਹਦੇ ਲਈ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਨੇ ਫ੍ਰੀ ਕੋਰਸਿਸ ਨੇ ਇੰਟਰਪ੍ਰੈਨਿਓਰਸ਼ਿਪ ਸਕਿੱਲ ਅਕੈਡਮੀਆਂ ਜਿਹੜੀਆਂ ਨੇ ਖੋਲ ਸੈਂਟਰਸ ਜਿਹੜੇ ਨੇ ਉਹ ਖੋਲਣੇ ਨੇ ਜਿੱਦਾਂ ਕਿ ਇਹਨਾਂ ਨੇ ਲਿਖਿਆ ਹੋਇਆ 147 ਇੰਟਰਪ੍ਰੈਨਿਓਰਸ਼ਿਪ ਸਕਿੱਲ ਸੈਂਟਰਸ ਇਨ ਵਨ ਈਚ ਇਨ অর ਈਚ ਬਲੌਕ ਦੇ ਵਿੱਚ ਓਪਨ ਕਰਨਗੇ ਸੋ ਜਿਹਦੇ ਵਿੱਚ ਸਾਰੇ ਐਗਰੀਕਲਚਰਲ ਪਲੱਸ ਅਲਾਈਡ ਇੰਡਸਟਰੀਜ਼ ਦੇ ਰਿਲੇਟਡ ਜਿਹੜੀ ਕੋਰਸਿਸ ਨੇ ਕਰਵਾਏ ਜਾਣਗੇ ਉਹਨਾਂ ਨੂੰ ਉਸ ਦੇ ਰਿਲੇਟਡ ਜਿਹੜੀਆਂ ਟ੍ਰੇਨਿੰਗਸ ਦਿੱਤੀਆਂ ਜਾਣਗੀਆਂ ਤਾਂਕਿ ਉਹ ਸੈਲਫ এমਪਲoyed ਬਣਨ ਨਾ ਕਿ ਕਿਸੇ ਵੀ ਦੇ ਅੰਡਰ ਕੰਮ ਕਰਨ ਇਸੇ ਦੇ ਨਾਲ ਹੋਰ ਕਈ ਏਜੰਸੀਜ਼ ਪਲੱਸ ਅਕੈਡਮੀਜ਼ ਵੀ ਨੇ ਉਹਨਾਂ ਨੇ ਖੋਲ੍ਹਣੀਆਂ ਨੇ ਜਿਹੜੀਆਂ ਕਿ 10 ਮੇਜਰ ਸਿਟੀਜ਼ ਦੇ ਵਿੱਚ ਓਪਨ ਕਰਨਗੇ ਜਿੱਦਾਂ ਕਿ ਬਟਾਲਾ ਪਠਾਨਕੋਟ ਲੁਧਿਆਣਾ ਪਟਿਆਲਾ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਪੰਜਾਬ ਦੇ ਆਧਾਰੇ ਨੇ ਸਰਕਾਰੀ ਜਿਨ੍ਹਾਂ ਦੇ ਵਿੱਚ ਬ ਜਿਹੜੀਆਂ ਨੇ ਪੈਂਡਿੰਗ ਨੇ ਮਤਲਬ ਬਹੁਤ ਸਾਰੀਆਂ ਹੀ ਓਪਨਿੰਗ ਦੀ ਗੱਲ ਕਰੀਏ ਤਾਂ ਵੈਕੈਂਸੀ ਜਿਹੜੀਆਂ ਨੇ ਉਹ ਪੈਂਡਿੰਗ ਨੇ ਜਿਹੜੀਆਂ ਹਾਲੇ ਨਹੀਂ ਕੱਢੀਆਂ ਜਾ ਰਹੀਆਂ ਸੀਗੀਆਂ ਇਸੇ ਦੇ ਨਾਲ ਭਗਵੰਤ ਮਾਨ ਜੀ ਨੇ ਆਪਣੇ ਕਈ ਸਪੀਚ ਦੇ ਵਿੱਚ ਇਹ ਵੀ ਦੱਸਿਆ ਕਿ ਆਉਣ ਵਾਲੇ 1 ਤੋਂ 2 ਮਹੀਨੇ ਦੇ ਵਿੱਚ ਉਹ ਜਿੰਨੀ ਜਿੰਨੀਆਂ ਵੀ ਪੈਂਡਿੰਗ ਪਈਆਂ ਹੈਗੀਆਂ ਨੇ ਪੋਸਟਾਂ ਉਹਨਾਂ ਦੇ ਰਿਲੇਟਿਡ ਜਿਹੜੀਆਂ ਨੇ ਉਹ ਭਰਤੀਆਂ ਜਲਦ ਹੀ ਕੱਢ ਦੇਣਗੇ ਉਹ ਜਿਹੜੇ ਪੈਂਡਿੰਗ ਪੇ ਭਰਤੀਆਂ ਨੇ ਉਹਨਾਂ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕਰਨਗੇ ਇਸੇ ਦੇ ਨਾਲ ਉਹ ਫੋਰਨ এমਪਲॉयਮੈਂਟ ਯੂਥ ਬੋਰਡ ਵੀ ਜਿਹੜਾ ਹੈ ਪੰਜ ਬ੍ਰਾਂਚਸ ਜਿਹੜੀਆਂ ਨੇ ਜਲੰਧਰ ਅੰਮ੍ਰਿਤਸਰ ਮੋਹਾਲੀ ਲੁਧਿਆਣਾ ਸੰਗਰੂਰ ਦੇ ਵਿੱਚ ਓਪਨ ਕਰਨਗੇ ਤਾਂ ਕਿ ਜਿਹੜੇ ਕੈਂਡੀਡੇਟ ਨੇ ਬਾਹਰ ਜਾਂਦੇ ਨੇ ਜਾਂ ਬਾਹਰ ਜਾਣ ਦੇ ਲਈ ਉਕਸਕ ਨੇ ਉਹਨਾਂ ਨੂੰ ਜਿਹੜੇ ਪ੍ਰੋਪਰ ਰਾਹ ਚੈਨਲ ਜਿਹੜੇ ਨੇ ਉਹ ਦਿੱਤੇ ਜਾ ਸਕਣ ਸੋ ਇਸੇ ਦੇ ਨਾਲ ਉਹਨਾਂ ਨੇ ਹਰ ਇੱਕ ਚੀਜ਼ ਇੱਥੇ ਮੈਂਸ਼ਨ ਕੀਤੀ ਹੋਈ ਹੈ ਕਿਹੜੀ ਕਿਹੜੀ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਸੈਂਟਰਸ ਨੇ ਉਹ ਵੀ ਪਿੰਡਾਂ ਦੇ ਵਿੱਚ ਔਰ ਜਿਹੜੀ ਸਿਟੀਆਂ ਦੇ ਵਿੱਚ ਓਪਨ ਕਰਨ ਦੀ ਉਹ ਪੂਰੀ ਕੋਸ਼ਿਸ਼ ਕਰਨਗੇ ਸੋ ਇਸੇ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਉਹਨਾਂ ਨੇ ਲਿੱਤੀਆਂ ਹੋਈਆਂ ਨੇ ਵਾਅਦੇ ਕੀਤੇ ਹੋਏ ਨੇ ਜੋੜੇ ਵੀ ਉਹ ਇੱਥੇ ਜ਼ਰੂਰ ਦੇਣਗੇ ਸੋ ਐਪਲੀਕੇਸ਼ਨ ਫੀ ਜਿਹੜੀ ਹੈ ਗਵਰਨਮੈਂਟ ਜੌਬ ਦੇ ਲਈ ਕਰੰਟਲੀ ਤੁਹਾਨੂੰ ਪਤਾ ਹੀ ਹੈ ਜੀ ਜਿੰਨੀਆਂ ਵੀ ਅਸੀਂ ਉਹ ਭਰਦੇ ਹਾਂ ਜਨਰਲ ਕੈਟਾਗਰੀ ਵਾਲੇ ਕੈਂਡੀਡੇਟ ਨੂੰ 1500 ਤੋਂ ਲੈ ਕੇ 3-3000 ਤੱਕ ਜਿਹੜੀ ਐਪਲੀਕੇਸ਼ਨ ਫੀ ਨੇ ਉਹ ਭਰਨੀਆਂ ਪੈਂਦੀਆਂ ਨੇ ਸੋ ਬਟ ਇੱਥੇ ਉਹਨਾਂ ਨੇ ਇਹ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਜਿਹੜੀ ਉਹ ਬਿਲਕੁਲ ਹੀ ਕੱਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜਿਹੜੇ ਜੌਬ ਸੀਕਰਸ ਨੇ ਉਹ ਵੱਧ ਤੋਂ ਵੱਧ ਜਿਹੜਾ ਹੈ ਉਹ ਭਰ ਸਕਣ ਸੋ ਫ ਦੇ ਵਿੱਚ ਉਹ ਦਿੱਤੀ ਹੋਈ ਹੈ ਸੋ ਇਸ ਦੇ ਵਿੱਚ ਜਿਹੜੇ ਵੀ ਟੀਚਰਸ ਨੇ professionਲਸ ਜੇ ਗਵਰਨਮੈਂਟ ਦੇ ਠੀਕ ਹੈ ਜੀ ਉਹਨਾਂ ਦੀ ਬੇਸਿਕ ਪੇ ਜਿਹੜੀ ਹੈ ਜੀ ਉਹ ਰੱਖਣਗੇ ਔਰ এমਪਲੋਇਮੈਂਟ ਦੇ ਨਾਲ ਗ੍ਰੇਡ ਪੇ ਦੇ ਪ੍ਰੋਬੇਸ਼ਨ ਪੀਰੀਅਡ ਜਿਹੜਾ ਹੈ ਜੀ ਰੋਲ ਬੈਕ ਇਹ ਟਾਈਮ ਜਿਹੜਾ ਹੈ 2 ਸਾਲ ਦਾ ਰੱਖਿਆ ਜਾਏਗਾ ਤੇ ਜਿਹੜੀਆਂ 1.25 ਲੱਖ ਵੇਕੈਂਟ ਗਵਰਨਮੈਂਟ ਜੌਬਸ ਨੇ ਠੀਕ ਹੈ ਜੀ ਉਹਨਾਂ ਨੂੰ ਜਲਦ ਤੋਂ ਜਲ ਭਰਨ ਦੀ ਉਹ ਜਿਹੜੀ ਹੈ ਉਹ ਪੂਰੀ ਤੇ ਪੂਰੀ ਕੋਸ਼ਿਸ਼ ਕਰਨਗੇ ਸੋ ਤੁਸੀਂ ਜ਼ਰੂਰ ਇਹਨਾਂ ਦੇ ਜਿਹੜੇ ਵੀ ਕੈਂਡੀਡੇਟ ਜਿਹੜੀ ਵੀ ਨਿਕਲਦੀਆਂ ਨੇ ਭਰਤੀਆਂ ਉਹਨਾਂ ਲਈ ਅਪਡੇਟ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਤੁਸੀਂ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਕੋਈ ਛੋਟੇ ਤੋਂ ਛੋਟਾ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸੋ ਇਹ ਮੈਨੀਫੈਸਟੋ ਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ ਪੂਰੇ ਦਾ ਪੂ ਕੈ ਐਜੂਕੇਸ਼ਨ ਸਕੂਲ এডੂਕੇਸ਼ਨ ਨੂੰ ਲੈ ਕੇ ਸੋ ਤੁਸੀਂ ਜ਼ਰੂਰ ਪੜ ਸਕਦੇ ਹੋ ਜੀ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਸੀਗਾ ਮੈਂ ਤੁਹਾਨੂੰ ਇਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਸੋ ਚਲੋ ਮਿਲਾਂਗਾ ਤੁਹਾਨੂੰ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ